ਸਤਿ ਸ੍ਰੀ ਅਕਾਲ ਜੀ। ਅੱਜ ਤੋਂ ਨਾ 3 ਸਾਲ ਪਹਿਲਾਂ ਆਪਾਂ ਆਹ ਮੋਟਰਸਾਈਕਲ ਤਿਆਰ ਕੀਤਾ ਸੀਗਾ, ਜਿਹਦੀ ਇੰਜਨ ਕੱਢ ਕੇ ਅਤੇ ਜਿਹਦਾ ਇੰਜਨ ਕੱਢ ਕੇ ਅਤੇ ਆਪਾਂ ਇਹਦੇ ਵਿੱਚ ਮੋਟਰ ਅਤੇ ਬੈਟਰੀ ਲਗਾਈ ਸੀ। ਆਹ ਲੀਥੀਅਮ ਬੈਟਰੀ ਆ ਜੀ, ਇਹਦੇ 'ਚ ਹੁਣ ਪ੍ਰੋਬਲਮ ਆ ਚੁੱਕੀ ਆ। 3 ਸਾਲ ਦੀ ਇਹਦੀ ਗਰੰਟੀ ਹੁੰਦੀ ਆ ਅਤੇ ਗਰੰਟੀ ਦੇ ਵਿੱਚ ਇਹਦਾ BMS ਖਰਾਬ ਹੋ ਗਿਆ ਸੀ ਅਤੇ ਮੈਂ ਜੋ ਵਾਪਸ ਭੇਜੀ ਕੰਪਨੀ ਨੂੰ, ਉਹਨਾਂ ਨੇ BMS ਨਵਾਂ ਲਗਾ ਕੇ ਭੇਜ ਦਿੱਤਾ। ਸੈੱਲ ਵਗੈਰਾ ਦੇ ਸਹੀ ਸੀ। ਹੁਣ ਉਹਦੇ ਵਿੱਚ ਕੁਛ ਕੰਪਨੀ ਵਾਲਿਆਂ ਨੇ ਗਲਤੀ ਛੱਡ ਦਿੱਤੀ, ਕਿਉਂਕਿ ਇਹਦੇ ਵਿੱਚ ਨਾ ਦੇਖੋ ਜੋੜ ਹੁੰਦਾ ਇਹਦੇ 'ਚ, ਇੱਥੇ ਆਹ ਦੇਖੋ ਪਹਿਲਾਂ ਸਿਲੀਕੋਨ ਲੱਗੀ ਸੀਗੀ, ਬਾਅਦ 'ਚ ਉਹਨਾਂ ਨੇ ਉਵੇਂ ਸਿਲੀਕੋਨ ਵਗੈਰਾ ਨਹੀਂ ਲਾਈ ਅਤੇ ਮੈਂ ਪਹਿਲਾਂ ਵਾਂਗੂ ਮੋਟਰਸਾਈਕਲ ਧੋ ਦਿੱਤਾ। ਧੋਣ ਦੇ ਨਾਲ ਮੈਨੂੰ ਲੱਗਦਾ ਇਹਦੇ 'ਚ ਪਾਣੀ ਪੈ ਗਿਆ। ਅਤੇ ਜਿਹੜੀ ਆਪਾਂ ਗੱਲ ਕਰਨੀ ਸੀ ਵੀ ਜਿਹੜੀ ਲੀਥੀਅਮ ਬੈਟਰੀ ਹੁੰਦੀ ਆ ਇਹਦੀ ਰਿਪੇਅਰ ਹੋ ਜਾਂਦੀ ਆ, ਜੇ ਆਪਾਂ ਇਹਦੀ ਜਗ੍ਹਾ 'ਤੇ ਲੈਡ ਐਸਿਡ ਹੁੰਦੇ ਜੇ ਉਹ ਡੈੱਡ ਹੋ ਜਾਂਦੀ ਉਹਦਾ ਕੋਈ ਹੱਲ ਨਹੀਂ ਸੀ, ਪਰ ਇਹ ਵਾਲੀ ਜਿਹੜੀ ਬੈਟਰੀ ਇਹਨੇ ਰਿਪੇਅਰ ਹੋ ਜਾਂਦੀ ਆ, ਕਿਉਂਕਿ ਇਹਦੇ ਅੰਦਰ ਸੈੱਲ ਹੀ ਲੱਗੇ ਹੁੰਦੇ ਆ। ਅਤੇ ਤਾਂ ਕਰਕੇ ਆਪਾਂ ਇਹ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ। ਕਈ ਵਾਰ ਇਸ ਤਰ੍ਹਾਂ ਹੁੰਦਾ ਜਿਵੇਂ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਈ ਬਾਈਕ ਸਕੂਟਰੀਆਂ ਆ ਗਈਆਂ ਹੈ ਨਾ ਬੈਟਰੀ ਵਾਲੀਆਂ, ਉਹਦੇ ਵਿੱਚ ਇਹ ਵਾਲੀ ਹੁੰਦੀ ਆ ਬੈਟਰੀ। ਅਤੇ ਵੀਡੀਓ ਆਪਾਂ ਤਾਂ ਬਣਾ ਰਹੇ ਹਾਂ ਵੀ ਕਈ ਵਾਰੀ ਥੋੜ੍ਹੇ ਪੈਸੇ ਲਾ ਕੇ ਤੁਹਾਡੀ ਇਹ ਬੈਟਰੀ ਰਿਪੇਅਰ ਹੋ ਸਕਦੀ ਹੈ। ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਆਪਾਂ ਨੂੰ ਬੈਟਰੀ ਨਵੀਂ ਲਿਖਾਉਣੀ ਪੈ ਜਾਂਦੀ ਹੈ, ਪਰ ਤੁਸੀਂ ਇੱਕ ਵਾਰੀ ਕਿਸੇ ਮੈਸਤਰੀ ਨੂੰ ਦਿਖਾਇਓ। ਮੈਸਤਰੀ ਕਿਹੜਾ ਮੈਂ ਉਹ ਵੀ ਤੁਹਾਨੂੰ ਦੱਸ ਦਿੰਦਾ, ਜਿਹੜੇ TV ਦਾ ਕੰਮ ਕਰਦੇ ਆ ਹੈ ਨਾ, ਜਾਂ ਜਿਨ੍ਹਾਂ ਨੂੰ ਮਲਟੀਮੀਟਰ ਬਾਰੇ ਨੌਲੇਜ ਆ, ਮਲਟੀਮੀਟਰ ਜਿਹਨੂੰ ਪੜ੍ਹਨਾ ਆਉਂਦਾ, ਚਾਹੇ ਉਹ ਇਲੈਕਟ੍ਰੀਸ਼ਨ ਆ ਚਾਹੇ ਇਲੈਕਟ੍ਰੋਨਿਕ ਦੇ ਕੰਮ ਕਰਦੇ ਆ, ਉਹ ਇਹ ਬੈਟਰੀ ਰਿਪੇਅਰ ਕਰ ਸਕਦੇ ਆ। ਆਜੋ ਦਿਖਾਉਣਾ ਮੈਂ ਤੁਹਾਨੂੰ ਇਹਦੇ ਵਿੱਚ ਕੀ ਹੁੰਦਾ। ਲਓ ਜੀ, ਇਹ ਚੀਜ਼ ਹੁੰਦੀ ਆ, ਇਹ ਸਪਰੇਟਰ ਹੁੰਦੇ ਆ, ਇਹ ਸੈੱਲ ਆ, ਮੈਂ ਮੁੱਦੀ ਮਾਰਦਾ ਇਹਨੂੰ। ਕਿੱਧਰ ਫਸ ਗਈ? ਚੱਲ ਲਓ ਜੀ, ਆਹ ਦੇਖੋ ਜੀ, ਇਹ ਸੈੱਲ ਹੁੰਦੇ ਆ। ਜਿਹੜੀ 48 ਵੋਲਟ ਦੀ ਬੈਟਰੀ ਹੁੰਦੀ ਹੈ ਇਹਦੇ ਵਿੱਚ 13 ਸੈੱਲ ਲੱਗੇ ਹੁੰਦੇ ਆ ਸੀਰੀਜ ਵਿੱਚ, ਇਹਦੇ ਵਿੱਚ ਯਾਨੀ ਕਿ 13 ਸੈੱਲ ਕਿਵੇਂ ਲੱਗੇ ਹੁੰਦੇ ਮੈਂ ਇੱਕ ਵਾਰ ਤੁਹਾਨੂੰ ਦਿਖਾਉਣਾ ਚਾਹੁੰਦਾ। ਇਹ ਵੀਡੀਓ ਵੇਖਣ ਤੋਂ ਬਾਅਦ ਮੈਸਤਰੀ ਵੀ ਇਹਨੂੰ ਵਧੀਆ ਰਿਪੇਅਰ ਕਰ ਸਕਦੇ ਆ। ਦੇਖੋ ਜੀ, ਇਹ ਐਂ ਲੱਗੇ ਹੋਏ ਆ 13 ਸੈੱਲ, 1, 2, 3, 4, 5, 6, 7, 8, 9, 10, 11, 12, 13 13 ਸੈੱਲ ਹੋ ਗਏ ਜੀ ਇਸ ਸਾਈਡ ਨੂੰ। ਆਹ ਹੁਣ ਲੱਗੇ ਹੋਏ ਆ ਪੈਰਲਲ ਦੇ ਵਿੱਚ, ਇਹ ਗਰੁੱਪ ਬਣਾ ਲਿਆ ਉਹਨਾਂ ਨੇ, ਜਿਵੇਂ ਕਿ 1, 2, 3, 4, 5, 6, 7, 8, 9, 10 10 ਸੈੱਲਾਂ ਦਾ ਗਰੁੱਪ ਹੋ ਗਿਆ ਅਤੇ 13 ਗਰੁੱਪ ਲੱਗੇ ਹੋਏ ਆ ਇਸ ਬੈਟਰੀ ਦੇ ਵਿੱਚ, ਯਾਨੀ ਕਿ ਕਿੰਨੇ ਸੈੱਲ ਹੋ ਗਏ? 130 ਸੈੱਲ। ਹੁਣ ਆਹ ਦੇਖੋ ਇਹਦੇ ਵਿੱਚ ਪਾਣੀ ਪਿਆ ਹੋਇਆ, ਆਹ ਵਾਲੇ ਸੈੱਲ, ਇਹ ਨਿਕਲ ਦੀ ਪੱਤੀ ਲੱਗੀ ਹੁੰਦੀ ਆ, ਆਹ ਪਾਣੀ ਪਿਆ ਹੋਇਆ ਜੀ ਇੱਕ ਇਸ ਸੈੱਲ ਦੇ ਵਿੱਚ ਅਤੇ ਤਰੋਂ ਇਸ ਸੈੱਲ ਦੇ ਵਿੱਚ। ਆਹ ਹੁਣ ਆਪਾਂ ਰਿਪੇਅਰ ਕਿਵੇਂ ਕਰਨੀ ਆ, ਤੁਸੀਂ ਖੁਦ ਵੀ ਕੰਮ ਕਰ ਸਕਦੇ ਆ ਥੋੜ੍ਹੀ ਸਾਵਧਾਨੀ ਦੇ ਨਾਲ। ਦੇਖੋ ਜਿਹੜੇ ਇਹਦੇ ਵੋਲਟੇਜ ਆ 48 ਚਾਹੀਦੇ ਹੁੰਦੇ ਆ, ਜੇ ਆਪਾਂ ਸਿਰੇ ਤੋਂ ਸਿਰੇ ਦੇਖੀਏ ਤਾਂ, ਮੈਂ ਇੱਕ ਵਾਰੀ ਇੱਥੋਂ ਨਾ ਕਨੈਕਟਰ ਇਹਦੇ ਸਾਈਡ 'ਤੇ ਕਰ ਲੈਂਦਾ। ਅਤੇ ਜਿਹੜੀਆਂ ਆਹ ਵਾਲੀਆਂ ਤਾਰਾਂ ਜਾਂਦੀਆਂ ਜੀ ਬਰੀਕ ਬਰੀਕ, ਇਹ ਜਾਂਦੀਆਂ BMS ਨੂੰ, ਮੈਂ ਇੱਥੋਂ ਵੀ ਤੁਹਾਨੂੰ ਖੋਲ੍ਹ ਕੇ ਦਿਖਾ ਦੇਣਾ। BMS ਜਿਹਨੂੰ ਕਿ ਬੈਟਰੀ ਮੈਨੇਜਮੈਂਟ ਸਿਸਟਮ ਕਹਿੰਦੇ ਆ, ਯਾਨੀ ਇਉਂ ਕਹਿ ਲਓ ਵੀ ਜਿਹੜੀ ਇਹ ਬੈਟਰੀ ਹੁੰਦੀ ਹੈ ਨਾ ਲੀਥੀਅਮ, ਇਹਦਾ ਜਿਹੜਾ ਦਿਮਾਗ ਆ ਉਹ ਇਹੀ ਆ, ਇਹਦੇ ਬਿਨਾਂ ਇਹ ਬਿਲਕੁਲ ਬੇਕਾਰ ਆ। ਜੇਕਰ ਇਹਦਾ BMS ਆ, ਹਾਂ ਤੁਸੀਂ ਵੇਖੋ ਕਿ ਇੱਥੇ ਲਿਖਿਆ ਹੋਇਆ ਲੀਥੀਅਮ ਇਓਨ ਇਹ 13S, ਯਾਨੀ ਕਿ 13 ਸੈੱਲ 48 ਵੋਲਟ, ਠੀਕ ਹੈ ਜੀ। ਇਹਦੇ ਨਾਲ ਜੇ ਤੁਸੀਂ ਜ਼ਿਆਦਾ ਬੈਕਅਪ ਲੈਣਾ, ਸੈੱਲਾਂ ਦੀ ਗਿਣਤੀ ਹੋਰ ਵੀ ਵਧਾ ਸਕਦੇ ਆ, ਪਰ ਗੱਲ ਇਹ ਆ ਵੀ ਜਿਹੜੀ ਤੁਹਾਡੀ ਕੈਬਨਿਟ ਆ ਇਹਦੇ ਵਿੱਚ ਇਹ ਸੈੱਲ ਉਨੇ ਹੀ ਆਉਣੇ ਆ ਜਿਸ ਹਿਸਾਬ ਨਾਲ ਇਹ ਬਣੀ ਹੋਈ ਆ। ਇੱਕ ਇਹਦੇ ਵਿੱਚ ਇਹ ਵਾਲਾ ਤੁਸੀਂ ਪੁਰਜਾ ਦੇਖ ਰਹੇ ਹੋ ਜੀ, ਇਹ ਵਾਲਾ ਸਿਸਟਮ ਨਿੱਕਾ ਆ, ਇਹਦਾ ਇਹ ਟੈਂਪਰੇਚਰ ਸੈਂਸਰ ਆ, ਬਾਈ ਚਾਂਸ ਬੈਟਰੀ ਦੇ ਸੈੱਲਾਂ ਦਾ ਕੋਈ ਸ਼ੋਰਟ ਸਰਕਟ ਹੁੰਦੀ ਆ ਜਾਂ ਓਵਰਲੋਡ ਹੁੰਦਾ, ਉਦੋਂ ਇਹਦੇ ਨਾਲ ਇਹਦਾ ਜਿਹੜਾ ਆਉਟਪੁੱਟ ਆ ਉਹ ਬੰਦ ਹੋ ਜਾਊਗਾ। ਜਿਹੜਾ BMS ਇਹਦਾ ਫਾਇਦਾ ਕੀ ਹੁੰਦਾ, ਇਹਦੇ ਵਿੱਚ ਜਿਹੜੇ ਮੁੱਖ ਫਾਇਦੇ ਆ ਵੀ
डीप डिस्चार्ज यानी कि बैटरी का एक हर एक का लैवल हों के उस तो जो ये डूगी जाऊगी मन के चलो यदा जोड़ा लैवल वो 44.47 वोल्ट आ यानी कि 44 वोल्ट तो जो ये चली गई उस तो बाद आउटपुट देनी बंद कर देनी है। उस तो बाद ओवरचार्ज गर्म हुंदा ओवरलोड शॉर्ट सर्किट सारा यानी कि काम ये उपर कोई सैल के प्रॉब्लम आती है तो भी इन्हें आउटपुट बंद कर देनी है ता करके इस दिमाग कहा जाता जी। इतने तुम पढ़ो LIION लिथियम एओन यानी कि यह आयरन का बनया हुआ सिलेंडर ये यह पाया गया एक जिथे तुम देखोगे लिथियम पोली पोली मतलब कि पोलीथीन वागू जिमें कि अपन मोबाइल दिन बैटरिया आदि वो पोली के जोड़ा अंदर इन मटीरियल हों एक ही हों जो लिथियम एओन लिखा आ गया उदो तुम समझो भी आह वाले सैल जदों लिथियम पोली आ गया उदों तुम देखियो कि पोलीथीन वाले जिहड़ियां मोबाइल के बैटरिया होंगे वो वाली होंगी है। उस तो बाद एक चीज़ होर देखियो जिहड़ा दा चार्जिंग करंट आ जी 20 एम्पीयर ते जिहड़ा दा डिस्चार्ज करंट आ जी 40 एम्पीयर यानी इस बैटरी नूं आपां 20 एम्पीयर ते चार्ज कर सकते हैं ते 40 एम्पीयर ते उदों डिस्चार्ज करंट लै सकते हैं। हो एक एक सैल नूं इहदी तार लगी हुई आ इहदे विच 14 तारां निकलदियां होंदियां जिहड़ी एक तार आ काले रंग दी आ इह होंदी आ अर्थ कॉमन ते लगी हुई जिहड़ियां इहदियां 13 तारां उह देखो कल्ले कल्ले सैल नूं इत्थे लगियां होईयां देखो जी कल्ले कल्ले सैल नूं एक एक तार लगी हुई आ पूरे ग्रुप नूं आ इत्थे लिखा होया 48 वोल्ट 24 AH वो सैलां ते डिपेंड करदा कि सैल किन्ने एम्पीयर दे आ जिवें आपां गल कीती सी वी कुछ उह कंपनी ने इत्थों उह इहदे च सिलिकॉन वगैरह नहीं लाई सी मैं पहलां वांग धोंदा रहा ते इहदे विच पानी पै गया दिखाओ दिखाई आ देखो जी पहले इहदे विच पानी पै गया इस पत्ती दे विच सैल नहीं खराब होए इहदे च होया कि इहदे च पानी पैण दे नाल ना इह ये मैं तुहानू एक सैल होर लिया के दिखाउणा देखो जी आहदा सैल आ मतलब कि जिन्ने इहदे विच सैल लगे हुए आह वाला इहदे विच मैं एक सैल इहदा नमूना तुहाडे सामने दिखाया आह तां इहदा जिहड़ा बाहरली साइड आ इह तां हुंदा इहदा ठंडी साइड यानी नैगेटिव कह दिंदे आ जां आपां इहनू कह दिंदे आ वी माइनस आह वाली जिहड़ी चीज़ आ इह हुंदी आ प्लस आपां नूं सारिआं नूं सैल बारे पता ही आ इहदे विच ना इत्थे आ रिंग लगा हुआ जी रबड़ दा इक आ रिंग सिर्फ इहदे विच दोनों नूं शॉर्ट होण तों इही बचाउंदा ये होया कि जो पानी पै गया ना पानी इस थां ते रुक गया कि हुण आ रिंग सिर्फ हैगा तकरीबन 1 mm का ही 1 mm सन सी ते जो पानी पै गया तो दोनों चीज़ें टच होने दे नाल जिहड़ा सैल आ हो गया डिस्चार्ज डिस्चार्ज होने तो बाद की होया कि जो मैं प्लग दे विच लाउंदा सी अपने नूं चार्जर नूं ते उह कितने तो चार्ज होने लग पैंदा कि नहीं हुंदा सी अखीर यानी कि चार्ज होने हट गई बैटरी तुसीं देख सकते हो कि चार्जिंग ते आ पोजिशन आ जी बैटरी मेरी चार्ज लगी हुई आ पर जिहड़ी इहदी पोजिशन आ उदों आ रही आ मैं एक वारी स्विच कटदा स्विच कट्टण तों बाद फिर स्विच लगाऊंगा मेन आउण आ गई ठीक है जी। उस तों बाद आ बत्ती जगी 100% वाली इस तों बाद जगूगी 25% वाली तो जो ये 25% वाली जगी तो चार्जिंग ऑन होगी तुसी वेखियो नहीं हुई हुण की आ कारण कि इन्हां दे विच सिलां दे विच प्रॉब्लम जिवें मैं वीडियो शुरू च कहा ही कि ए वाले हो गए जी डिस्चार्ज जिहदे विच पानी पिया सी पानी पैण दे नाल डिस्चार्ज होण दे नाल इन्हां दे वोल्टेज घट गए मैं तुहानूं वोल्टेज दिखाउणा जिवें मैं कारण दस्सिया ही भी किस कारण ये होए आ डिस्चार्ज वो तुहानूं मैं पहलां दस्सिया ही हुण मैं तुहानूं इत्थे दे वोल्टेज दिखाउणा जी एक पासे आपां लगावांगे जी माइनस ते आ वाला प्लस वाला सिर आ गया हुण तुसीं इहदे वोल्टेज वेख सकदे हो जी 362 mV यानी कि मिली वोल्टेज जे उस तो अगले सैल दे मैं तुहानूं वोल्टेज दिखाऊंगा तो इहदे वोल्टेज 4 यानी कि इह वाली जिहड़ी इह वाली पूरी लाइन आ ना इह डिस्चार्ज होगी एक तां इह डिस्चार्ज होगी तो दूजी होगी जी आह वाली पूरी लाइन जिन्हां दे विच पानी पिया सी ये भी मैं तुहानूं इत्थे वोल्टेज दिखाउणा इस लाइन के वोल्टेज भी तुसीं वेख सकते हो कि 0.430 यानी कि उही मिली वोल्टेज दे विच आ गए जिन्ने कोहदे सी ते उस तो अगला सैल आ इहदे वोल्टेज पूरे आ 4.9 वोल्टेज हुण आपां नूं की करना पऊगा जे तां इत्थे हुंदी लैड एसिड बैटरी फिर तां आपां नूं सट्टनी पैणी सी जिहड़ी लिथियम बैटरी आ रिपेयर हो जांदी हुंदी आ देखो अपना 25,000 रुपए दी बैटरी आउंदी आ जे 25,000 दी जगह अपना 5-7 हज़ार रुपये दे नाल इहदा काम चल जाए तां बहुत वधिया ते चल भी जाणा इह गरंटी अपनी चलूगा।
बाई चांस पहली तो गल जिन्हें यह सैल आ इन्हों करा कल चार्ज जड़िया है दोनों लाइन दस दस लाइया इनू आप कल्या वोल्टेज दे के इनू चार्ज करा जो ये वोल्टेज हो गए चार चार के बराबर हो गए तो फिर आप करा कि इनू फिर तो चार्ज लावे फिर सही हो जूगी। जे बाई चांस ये आप सैलान प्रॉब्लम हुई तो आप सैल उन्हें एक चेंज कर लवेंगे। लो जोड़े ये सैल से इनू चार्ज ला के वेख्या पर चार्ज नहीं होए तो सैल गर्म हो लग गए हैं इसलिए हम आप सैलान चेंज करते हैं। 2.7 पिछे एम वी लिखा कला वी हों वोल्टेज होने ही एम वी यानी कि मिली वोल्ट यानी कि यह डेड कंडीशन के है। मैं तुम्हें दूजे पर दिखा इतने तुम देखो 4.37 वी ये एम नहीं गा मीटर की स्क्रीन पर वेख सकते हैं तो अपन ये सैल बदलने पैणगे तो ये आप जी ये पत्ती आ एक तो हौली हौली पटती है ठीक है जी तो इस साइड की पत्ती भी आप हौली हौली पट देवे इनू ये जी पत्ती लाई होंगी स्पॉट वैल्डिंग लाई होंगी अपने को स्पॉट वैल्डिंग है तो ये निकल की पत्ती होंगी निकल निकल इतने ता वरत्या जाता ता करके जोड़ा एक तो वैल्डिंग वधिया हो जाती है तो एक ये करंट पास हो जाता चंगी तरह। तुसीं अक्सर ही कितने अखबार के वेख्या होगा कि बिजनेस वाले पेज पर ज उंज भी कि जिमें सोने चांदी का भाव हों लोहे का भाव हों इस तरह तुम देखो कि निकल का भाव भी उत्थे आता ये उही निकल आ निकल की पत्ती ये मैं तुहानू इस वीडियो विखाऊंगा आप लियांदी सी 2000 रुपये की। लो जी जिहड़े सैल आप पूरे दे पूरे आ ग्रैप बनिया तने कढ़ लिया है ना ये अलग अलग हो जाते होंगे तो ये फिक्स किए हुए हैं तो आप इस तरह फिर आई पा देवे ये चीज़ इन साइड पर रख दी आप बाद सैल पाने अपने को सैल पे थे जो कि चार्ज किए हुए से पूरे क्योंकि जो भी बैटरी के सैल पाने हो इस तरह तो पहले फुल चार्ज होने चाहिए आ तो आपू भी सैलों की जरूरत सी तो आप भी सैल इतने ये जोड़े पहले होल्डर से ही लगा दते हैं पर एक गल इत होर मैं चेक की है क्योंकि यह सैल देखो निकलते दे फिर दे होल्डर के क्योंकि जोड़े पहला सैल से वह हैवी सी ये थोड़े सैल इस तो पतले आ तो एक इस तो भी पतले आए यानी कि इन्हों सैलों के बहुत ही ज़्यादा क्वालिटिया आदियाँ तो यह जो तुम सैल ज़्यादा लेने एक अद्धे तक अलग गल आ जो ज़्यादा सैल लेने उदो यह भार के आते हैं तो अपने को स्पॉट वैल्डिंग आ जी जिद आप इस जोड़ा उपर निकल की पत्ती है उन्होंने वैल्डिंग करा स्पॉट वैल्डिंग छोटा जहा यह मैं 8000 रुपये का मंगाया से यदि कीमत काफ़ी ज़्यादा सी हालांकि समान ये इन्ना नहीं लगा हुआ पर कीमत यदि काफ़ी ज़्यादा जी तो लो जी हुण आपां जिहड़े ये सैल है इनू वैल्डिंग कर लगे तो जिहड़ा ये वैल्डिंग है ना ये सिर्फ 3.7 वोल्ट ते चलता तो ये लो वोल्टेज हाई करंट पैदा होंदा तो लो हुण आपां तुहानूं वैल्डिंग करके दिखाउणे आ जिहड़ी इहदी स्विच आ उह मेरे पैर दे थल्ले जो मैं पैर नपदा तो उस तो बाद पहला यानी कि दोनों पिन्ना रख लेने उस तो बाद पैर नक पैर नपदा तो पैर नपन के नाल ये वैल्डिंग हो जाता जी उस तो बाद अपने आप ही कटिया जाता क्योंकि ये टाइमर होंदा तो ये जिन्हें भी अपने दस के दस सैल से इन्हों आप पैरल दे कनैक्ट कर लवेंगे जी इस तरह आप सारे वैल्डिंग कर लिया उस तो बाद जिमें तुम नाल दियां पत्तियां देख रहे हो ये आप जोड़ देवे यानी कि हुण ये नैगेटिव और पॉजिटिव दोनों सैल सीरीज में हो चुके हैं जी तो इस तरह ही जिहड़ा दूसरा हिस्सा सी उहदे विच आप सैल पाते इस तरह ही इहदे विच तो सारे सैल पाउण तों बाद आपां इस नूं कंप्लीट कर देवे इहनूं भी इहदे नाल ही आपां वैल्डिंग कर देवे जे आप सोल्डर करांगे तो वह हीट के नाल थोड़ी ज़्यादा सैलां हीट जाऊगी इसलिए यह जिहड़ा वैल्डिंग सैट मंगवाया हुआ जी जिसनों स्पॉट वैल्डिंग कहिंदे आ जी हुण आपां लास्ट के उपर जिहड़ा BMS की एक तार सी जिहड़ी नैगेटिव अपनी प्लस ते लगदी हुंदी सी उह आपां लगा दित्ती आ सोल्डर कर दित्ती आ तो आह वालियां जिहड़ियां मैं तारां लगा रहा यह पत्ती के उपर ही लगा रहा तो ये दूसरे सैल के नाल यानी कि यह वाला प्लस आ तो दूजे का माइनस हो जूगा ये क्योंकि दो ग्रे ना ग्रुप अलग अलग बने हुए तो उन्होंने दोनों आपस में जोड़न के लिए यह एक तो अपना जॉइंट का काम करेगा जंपर का काम कर रही जी तारा क्योंकि सीरीज में यह पूरे के पूरे 13 के 13 जोड़े ग्रुप आ लग जाएंगे जी
ਤੇ BMS ਦੀਆਂ ਤਾਰਾਂ ਵੀ ਸਾਰੀਆਂ ਆਪਾਂ ਉਸੇ ਤਰ੍ਹਾਂ ਹੀ ਲੱਗੀਆਂ ਰਹਿਣ ਦਿੱਤੀਆਂ ਸੀ ਕਿਉਂਕਿ BMS ਦੇ ਵਿੱਚ ਇੱਕ ਜੈਕ ਹੁੰਦਾ ਉਹ ਆਪਾਂ ਉਤਾਰ ਲਿਆ ਸੀ ਤੇ ਉਹਦੀ ਜਗ੍ਹਾ ਨਵਾਂ ਆਪਾਂ BMS ਵੀ ਇਹਦਾ ਖਰਾਬ ਹੋਇਆ ਵਾ ਸੀ BMS ਵੀ ਚੇਂਜ ਕੀਤਾ ਮੈਂ ਤੇ ਲਓ ਜੀ ਇਸ ਤਰ੍ਹਾਂ ਆਪਣੀ ਇਹ ਜਿੰਨੀ ਵੀ ਬੈਟਰੀ ਆ ਰਿਪੇਅਰ ਹੋ ਚੁੱਕੀ ਆ ਸੈੱਲ ਨਵੇਂ ਪੈ ਚੁੱਕੇ ਆ ਜੇ ਇੱਥੇ ਲੈੱਡ ਐਸਿਡ ਬੈਟਰੀ ਹੋਵੇਗੀ ਤੇ ਲੈੱਡ ਐਸਿਡ ਬੈਟਰੀ ਨੂੰ ਆਪਾਂ ਰਿਪੇਅਰ ਨਹੀਂ ਕਰ ਸਕਦੇ ਕਿਉਂਕਿ ਉਹ ਸ਼ੀਲਡ ਕੀਤੀ ਜਾਂਦੀ ਆ ਤੇ ਪਹਿਲੀ ਗੱਲ ਉਹਦੀ ਲਾਈਫ ਹੀ ਉਨੀ ਕੁ ਹੁੰਦੀ ਆ ਕਿ ਦੁਬਾਰਾ ਪਲੇਟਾਂ ਕੱਢ ਕੇ ਪਾਉਣੀਆਂ ਉਹਦੀਆਂ ਮੁਸ਼ਕਲ ਹੋ ਜਾਂਦੀਆਂ ਜੀ ਪਹਿਲੇ ਸਮਿਆਂ ਦੇ ਵਿੱਚ ਜਿਹੜੀਆਂ ਲੈੱਡ ਐਸਿਡ ਬੈਟਰੀਆਂ ਸੀ ਉਹ ਖੋਲ੍ਹ ਕੇ ਰਿਪੇਅਰ ਹੋ ਜਾਂਦੀਆਂ ਸੀ ਕਿਉਂਕਿ ਉਹਨਾਂ ਦੇ ਬਾਹਰ ਕੰਪਾਊਂਡ ਭਰਿਆ ਹੁੰਦਾ ਸੀ ਅਤੇ ਇੱਕ ਇੱਕ ਸੈੱਲ ਤੁਸੀਂ ਬਾਹਰ ਕੱਢ ਕੇ ਖੁਦ ਹੀ ਰਿਪੇਅਰ ਕਰ ਸਕਦੇ ਸੀਗੇ ਪਰ ਜਿਹੜੀਆਂ ਅੱਜ ਕੱਲ੍ਹ ਲੈੱਡ ਐਸਿਡ ਬੈਟਰੀਆਂ ਉਹਨਾਂ ਦੀ ਰਿਪੇਅਰ ਬਿਲਕੁਲ ਵੀ ਨਹੀਂ ਗੀ ਅਤੇ ਚਲੋ ਇਹ ਜਿਹੜੀ ਲੀਥੀਅਮ ਬੈਟਰੀ ਹੈ ਅਤੇ ਆਪਣੇ ਇੱਕ ਵਾਰੀ ਪੈਸੇ ਤਾਂ ਜ਼ਿਆਦਾ ਲੱਗ ਜਾਂਦੇ ਆ ਪਰ ਕੱਲ੍ਹ ਨੂੰ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਇਹਦਾ ਹੱਲ ਕਰ ਸਕਦੇ ਹਾਂ ਜੀ ਇਹਦੀ ਸੇਫਟੀ ਦੇ ਲਈ ਆਪਾਂ ਚਾਰ ਚੁਫੇਰੇ ਦੇ ਫਾਈਬਰ ਦੇ ਜਿਹੜੇ ਪੀਸ ਸੀਗੇ ਉਹ ਲਗਾ ਦੇਵਾਂਗੇ ਇੱਕ ਸਾਈਡ 'ਤੇ ਨਹੀਂ ਸੀ ਉੱਥੇ ਆਪਾਂ ਇਹ ਵਾਈਟ ਪੇਪਰ ਲਗਾ ਦਿੱਤਾ ਇਹਦਾ ਕੰਮ ਹੁੰਦਾ ਕਿ ਜਦੋਂ ਇਹਨੂੰ ਆਪਾਂ ਲੋਹੇ ਦੀ ਬਾਡੀ ਦੇ ਵਿੱਚ ਰੱਖਾਂਗੇ ਮੈਟਲ ਵਾਲੀ ਬਾਡੀ ਉਹਦੇ ਨਾਲ ਟੱਚ ਹੋ ਕੇ ਸ਼ਾਰਟ ਸਰਕਟ ਨਾ ਹੋਵੇ ਅਤੇ ਇਸ ਲਈ ਆਪਾਂ ਇਹਦੀ ਸੇਫਟੀ ਵਜੋਂ ਇਹਨੂੰ ਇਸ ਤਰ੍ਹਾਂ ਬੰਨ ਦੇਵਾਂਗੇ ਚਾਰ ਚੁਫੇਰੋਂ ਜਿੰਨੇ ਵੀ ਇਹ ਫਾਈਬਰ ਦੇ ਪੀਸ ਆ ਜਿੰਨੀਆਂ ਆਪਣੀਆਂ ਤੁਸੀਂ ਦੇਖ ਰਹੇ ਹੋ ਕਿ ਦੋ ਹਿੱਸਿਆਂ ਦੇ ਵਿੱਚ ਬੈਟਰੀਆਂ ਵੰਡੀਆਂ ਹੋਈਆਂ ਦੋਨਾਂ ਦੇ ਵਿੱਚ ਰੱਖੀ ਆ ਉੱਪਰ ਥੱਲੇ ਦੋਨਾਂ ਸਾਈਡਾਂ 'ਤੇ ਅਤੇ ਇਹਨੂੰ ਆਪਾਂ ਕਵਰ ਕਰ ਦੇਵਾਂਗੇ ਸੇਫਟੀ ਵਜੋਂ ਹੀ ਇਹ ਰੱਖਿਆ ਜਾਂਦਾ ਜੀ ਅਤੇ ਇਸ ਤੋਂ ਬਾਅਦ ਫਿਰ ਲਓ ਜੀ ਹੁਣ ਆਪਾਂ ਟੇਪ ਵਗੈਰਾ ਲਗਾ ਕੇ ਪੂਰਾ ਆਪਦੇ ਵੱਲੋਂ ਸਹੀ ਕੰਮ ਕਰਕੇ ਇਹਦੇ ਬਕਸੇ ਦੇ ਵਿੱਚ ਇਸ ਬੈਟਰੀ ਨੂੰ ਪਾ ਦੇਵਾਂਗੇ ਇਸ ਤੋਂ ਬਾਅਦ ਆਪਾਂ ਇਹਦਾ ਢੱਕਣ ਲਗਾਵਾਂਗੇ ਕਿਉਂਕਿ ਪਹਿਲਾਂ ਜਦੋਂ ਆਪਾਂ ਰਿਪੇਅਰ ਕਰਵਾਈ ਸੀ ਆਪਣੀ ਗਰੰਟੀ ਦੇ ਵਿੱਚ ਬੈਟਰੀ ਤਾਂ ਉਹਨਾਂ ਨੇ ਸਾਈਡ 'ਤੇ ਸਿਲੀਕੋਨ ਵਗੈਰਾ ਨਹੀਂ ਲਗਾਈ ਸੀ ਪਰ ਹੁਣ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਸਿਲੀਕੋਨ ਲਗਾਵਾਂਗੇ ਉਸ ਤੋਂ ਪਹਿਲਾਂ ਇਹਦੇ 8 ਪੇਚ ਆ 8 ਪੇਚ ਕੱਸਣ ਤੋਂ ਬਾਅਦ ਤਾਂ ਕਿ ਇਹਦੀ ਜਿਹੜੀ ਬਾਡੀ ਆ ਉਹ ਬਾਹਰ ਨਾ ਨਿਕਲ ਜਾਵੇ ਕਿਉਂਕਿ ਪੂਰਾ ਪੂਰਾ ਇਹ ਹੁੰਦਾ ਅਤੇ ਲਓ ਜੀ ਪੇਚ ਆਪਾਂ ਕੱਸ ਦਿੱਤੇ ਆ ਇਸ ਤੋਂ ਬਾਅਦ ਆਹ ਵਾਲੀ ਸਿਲੀਕੋਨ ਆਉਂਦੀ ਆ ਇਹ 90 ਰੁਪਏ ਦੀ ਮੈਨੂੰ ਟਿਊਬ ਮਿਲੀ ਆ ਵੈਸੇ 120 ਰੁਪਏ ਜਾਂ 150 ਰੁਪਏ ਦੀ ਵੱਡੀ ਟਿਊਬ ਹੁੰਦੀ ਹੈ ਪਰ ਉਹ ਵੀ ਖਰਾਬ ਹੋ ਜਾਣੀ ਸੀ ਇਹ ਥੋੜ੍ਹੀ ਵਧੀਆ ਕੁਆਲਿਟੀ ਦੀ ਹੈ ਅਤੇ ਆਪਾਂ ਇਹਨੂੰ ਇੱਥੇ ਅਲਮੀਨੀਅਮ ਦੀ ਇਹ ਹੈਗੀ ਆ ਬਾਹਰਲੀ ਜਿਹੜੀ ਇਹਦੀ ਬਾਡੀ 'ਤੇ ਪੈਨ ਮਾਰ ਕੇ ਆਪਾਂ ਸਹੀ ਕਰ ਲਾਂਗੇ ਅਤੇ ਲਓ ਜੀ ਆਪਾਂ ਚੰਗੀ ਤਰ੍ਹਾਂ ਨੱਪ ਨੱਪ ਕੇ ਇਹਦੇ ਵਿੱਚ ਸਿਲੀਕੋਨ ਲਾ ਦੇਵਾਂਗੇ ਤਾਂ ਕਿ ਇਹਦੇ ਵਿੱਚ ਪਾਣੀ ਦੀ ਕੋਈ ਗੁੰਜਾਇਸ਼ ਨਾ ਰਹੇ ਜਾਣ ਦੀ ਇਸ ਤੋਂ ਬਾਅਦ ਆਪਣੀ ਜਿਹੜੀ ਬੈਟਰੀ ਉਹ ਤਿਆਰ ਹੋ ਜੂਗੀ ਆਪਾਂ ਇਹਦੇ ਉੱਪਰ ਇੱਕ ਜਿਹੜੀ ਮੱਛੀ ਟੇਪ ਆਉਂਦੀ ਉਹ ਲਗਾ ਦੇਵਾਂਗੇ ਤਾਂ ਕਿ ਇਹਦੇ ਅੰਦਰ ਪਾਣੀ ਨਾ ਜਾਵੇ ਅਤੇ ਸਭ ਕੁਝ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਬਾਈਕ ਦੇ ਵਿੱਚ ਬੈਟਰੀ ਇਹ ਰੱਖ ਦਿੱਤੀ ਆ ਹੁਣ ਇਹ ਆਪਣੀ ਬੈਟਰੀ ਚੱਲਣ ਦੇ ਯੋਗ ਆ ਜੀ ਅੱਜ ਦੀ ਆਪਣੀ ਵੀਡੀਓ ਇੰਨੀ ਸੀ ਜੀ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।